ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਬਹੁਤਿਆਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਜਿਹੜਾ ਪਰਮਿੰਦਰ ਸਿੰਘ ਝੋਟਾ ਮਾਨਸਾ ਵਾਲਾ ਜਿਸ ਨੌਜਵਾਨ ਨੇ ਬੀੜਾ ਚੱਕਿਆ ਕਿ ਯਾਰ ਨਸ਼ੇ ਦੀ ਜੜ ਨੂੰ ਖਤਮ ਕਰਨਾ, ਜੋ ਲਗਾਤਾਰ ਪਿਛਲੀਆਂ ਸਰਕਾਰਾਂ ਦੌਰਾਨ ਵੀ ਚਾਹੇ ਉਹ ਬਾਦਲ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਲਗਾਤਾਰ ਪੰਜਾਬ ਦੀਆਂ ਜਿਹੜੀਆਂ ਨਸਲਾਂ ਤਬਾਹ ਹੋ ਰਹੀਆਂ ਨੇ, ਕੁਲਾਂ ਜਿਹੜੀਆਂ ਪੰਜਾਬ ਦੀਆਂ ਖਤਮ ਹੋ ਰਹੀਆਂ ਨੇ, ਉਹਦੇ ਲਈ ਇਸ ਨੌਜਵਾਨ ਨੇ ਯਾਰ ਬੀੜਾ ਚੱਕਿਆ। ਆਹ ਦੇਖੋ ਅੱਜ ਕਿਵੇਂ ਇਸ ਨੌਜਵਾਨ ਨਾਲ ਧੱਕੇਸ਼ਾਹੀ ਹੋਈ ਆ, ਕਿਵੇਂ ਜਲੀਲ ਕਰਕੇ ਇਹਨੂੰ ਘਰੋਂ ਖਿੱਚ ਧੂ ਕਰਕੇ, ਇਹਦੇ ਪਿਓ ਦੀ ਇੱਕ ਵਿਚਾਰਾ ਬਜ਼ੁਰਗ ਬੰਦਾ ਉਹਦੀ ਵੀ ਕਿਵੇਂ ਖਿੱਚ ਧੂ ਕਰ ਰਿਹਾ, ਇੱਕ SHO ਹੈ ਤੇ ਕਿਵੇਂ ਧੱਕੇਸ਼ਾਹੀ ਹੋ ਰਿਹਾ। ਦੇਖ ਲਓ ਹਾਲਾਤ, ਦੇਖੋ ਪਹਿਲਾਂ ਵੀਡੀਓ ਦੇਖ ਲਓ। ਇਹ ਤੁਸੀਂ ਦੇਖਿਆ ਕਿ ਕਿਵੇਂ ਯਾਰ ਇੱਕ ਉਸ ਨੌਜਵਾਨ ਨੂੰ ਜਿਹੜਾ ਵਿਚਾਰਾ ਪਹਿਲਾਂ ਉਸ ਨਸ਼ੇ ਦਾ ਆਦੀ ਸੀ, ਕਿਵੇਂ ਉਹਨੇ ਆਪਣੇ ਜੀਵਨ ਨੂੰ ਸੁਧਾਰਿਆ ਤੇ ਕਿਵੇਂ ਸਾਡੀਆਂ ਨਸਲਾਂ, ਸਾਡੀ ਜਿਹੜੀ ਜਵਾਨੀ, 15-15 20-20 ਸਾਲ ਦੇ ਨੌਜਵਾਨ ਮੁੰਡੇ ਚਿੱਟੇ ਨਾਲ ਮਰ ਰਹੇ ਹੈ। ਪੰਜਾਬ ਦੇ ਹਾਲਾਤ ਇੱਥੋਂ ਤੱਕ ਨਿਗਰ ਗਏ ਕਿ ਕੁੜੀਆਂ ਵੀ ਚਿੱਟਾ ਜਿਹੜਾ ਪੀਣ ਲੱਗ ਗਈਆਂ, ਟੀਕੇ ਲਾਉਣ ਲੱਗ ਗਈਆਂ। ਇਹ ਜੇ ਵਿਚਾਰੇ ਕੰਮ ਕਿਹਦਾ ਸੀ, ਇਹ ਕੰਮ ਸੀ ਸਰਕਾਰਾਂ ਦਾ, ਇਹ ਕੰਮ ਸੀ ਪ੍ਰਸ਼ਾਸਨ ਦਾ ਕਿ ਇਹਨਾਂ ਨੂੰ ਨੱਥ ਪਾਈ ਜਾਵੇ। ਬੜੇ ਚਿਰ ਦਾ ਇਹ ਰੌਲਾ ਪੈ ਰਿਹਾ। ਇਹ ਤੁਸੀਂ ਦੇਖਿਆ ਹੋਣਾ ਜਿਹੜਾ ਅਖੌਤੀ ਇਨਕਲਾਬੀ ਕੇਜਰੀਵਾਲ ਵੀ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਬਣਾ ਦਿਓ, 3 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ। ਆਹ ਤਾਂ 16 ਮਹੀਨੇ ਹੋ ਗਏ ਯਾਰ, 10, 20, 50, 100 ਨਹੀਂ 1000 ਗੁਣਾ ਚਿੱਟਾ ਵੱਧ ਗਿਆ। ਜਿਹੜੇ ਮਰਜ਼ੀ ਪਿੰਡ ਚੋਂ ਲੈ ਲਓ, ਜਿਹੜੇ ਮਰਜ਼ੀ ਮੋੜ ਗਲੀ ਤੋਂ ਲੈ ਲਓ, ਹਰ ਥਾਂ ਉਹਨੂੰ ਘਰੇ ਆ ਕੇ ਸਪਲਾਈ ਕਰਕੇ ਜਾਂਦੇ ਚਿੱਟਾ। ਜੇ ਇਸ ਨੌਜਵਾਨ ਨੇ ਕੋਈ ਬੀੜਾ ਚੱਕਿਆ ਤਾਂ ਇਹਨੂੰ ਅੱਜ ਕਹਿੰਦੇ ਜੀ ਪਰਚਾ ਪਤਾ ਕੀ ਦਿੱਤਾ, ਕਹਿੰਦੇ ਜੀ ਇੱਕ ਨਸ਼ਾ ਵੇਚਣ ਵਾਲਾ ਤਸਕਰ ਸੀਗਾ, ਕਹਿੰਦੇ ਉਹਦੀ ਮਾਨਹਾਨੀ ਹੋ ਗਈ। ਕਹਿੰਦੇ ਝੋਟੇ ਨੇ ਉਹਨੂੰ ਘੁਮਾਇਆ ਗਲੀ ਚ ਲਿਜਾ ਕੇ, ਉਹਦੀ ਮਾਨਹਾਨੀ ਹੋ ਗਈ। ਜਿਹੜੇ ਨਸਲਾਂ ਖਾ ਰਹੇ ਨੇ, ਸਾਡੀਆਂ ਕੁਲਾਂ ਖਤਮ ਕਰ ਰਹੇ ਨੇ, ਸਾਡੀ ਜਵਾਨੀ ਨੂੰ ਖਾ ਰਹੇ ਨੇ, ਉਹਨਾਂ ਨੂੰ ਫੜਨ ਦੀ ਬਜਾਏ, ਉਹਨਾਂ ਨੂੰ ਨੱਥ ਪਾਉਣ ਦੀ ਬਜਾਏ ਉਹਨਾਂ ਦੀ ਨਸਲ ਕੁਛ ਇਹਨਾਂ ਨੂੰ ਕਹਿੰਦੇ ਮਾਨਹਾਨੀ ਹੋ ਰਹੀ ਉਹਨਾਂ ਦੀ, ਉਹ ਸਾਡੀਆਂ ਨਸਲਾਂ ਤਬਾਹ ਕਰ ਰਹੇ, ਉਹਨਾਂ ਦੀ ਮਾਨਹਾਨੀ ਦੇ ਉੱਤੇ ਪੁਲਿਸ ਨੇ ਪਰਚਾ ਦੇ ਕੇ ਅੱਜ ਝੋਟੇ ਨੂੰ ਘਰੋਂ ਗ੍ਰਿਫਤਾਰ ਕੀਤਾ। ਇਸ ਕਰਕੇ ਮੇਰਾ ਵੀਰ ਬੇਨਤੀ ਆ, ਪੰਜਾਬ ਦੇ ਲੋਕੋ, ਜੇ ਤਾਂ ਚਾਹੁੰਦੇ ਆਪਣੀਆਂ ਨਸਲਾਂ, ਆਪਣੀਆਂ ਪੀੜ੍ਹੀਆਂ ਬਚਾਉਣੀਆਂ, ਤਾਂ ਇਸ ਨੌਜਵਾਨ ਦਾ ਸਾਥ ਦਿਓ। ਅੱਜ ਮਾਨਸਾ ਬਾਲ ਭਵਨ ਵਿਖੇ ਇਕੱਠ ਰੱਖਿਆ ਗਿਆ ਵੱਡਾ, ਜਿੰਨੇ ਹੁਣ ਸਾਰੇ ਪਿੰਡਾਂ ਵਾਲੇ ਫੋਨ ਕਰਦੇ ਹੁੰਦੇ ਸੀ ਕਿ ਆ ਬਾਈ ਸਾਡੇ ਪਿੰਡ ਵੀ ਝੋਟਿਆ ਆ ਜਾ, ਸਾਡੇ ਪਿੰਡ ਵੀ ਆ ਜਾ, ਅਸੀਂ ਤਿਆਰ ਹਾਂ, ਕਮੇਟੀਆਂ ਬਣਾ ਲਈਆਂ, ਅਸੀਂ ਲੜਾਈ ਲੜਾਂਗੇ। ਹੁਣ ਹਰ ਪੰਜਾਬੀ ਦਾ ਫਰਜ਼ ਬਣਦਾ ਕਿ ਅੱਜ ਬਾਲ ਭਵਨ ਮਾਨਸਾ ਕਚਹਿਰੀਆਂ ਦੇ ਵਿੱਚ ਇਕੱਠ ਰੱਖਿਆ ਗਿਆ, ਇਸ ਨੌਜਵਾਨ ਦੇ ਨਾਲ ਖੜੀਏ ਆ ਕੇ। ਬਿਲਕੁਲ ਇੱਕ ਮੁੰਡਾ ਲਿਖਦਾ ਕਹਿੰਦਾ ਬਾਈ ਕਿਸੇ ਬਕਾਊ ਪੱਤਰਕਾਰ ਨੇ ਖਬਰ ਨਹੀਂ ਚਲਾਈ, ਨਹੀਂ ਚਲਾਉਣਗੇ, ਕੋਈ ਕੌਲੀ ਚੱਟ ਚੈਨਲ ਪੱਤਰਕਾਰ ਇਹ ਖਬਰ ਨਹੀਂ ਚਲਾਊਗਾ। ਜਿਹੜਾ ਪੰਜਾਬ ਦਰਦੀ ਕੋਈ ਚੈਨਲ ਆ, ਕੋਈ ਪੱਤਰਕਾਰ ਆ, ਉਹ ਜ਼ਰੂਰ ਇਹ ਖਬਰਾਂ ਦਿਖਾਊਗਾ ਵੀ ਕਿਵੇਂ ਉਸ ਨੌਜਵਾਨ ਨਾਲ ਧੱਕਾ ਹੋ ਰਿਹਾ। ਸੋ ਪੰਜਾਬ ਦੇ ਲੋਕੋ, ਵਾਰ ਵਾਰ ਦੇਖੋ ਬੰਦੇ ਨਹੀਂ ਉੱਠਦੇ ਹੁੰਦੇ, ਅਸੀਂ ਪਹਿਲਾਂ ਬਹੁਤ ਨੁਕਸਾਨ ਕਰਾ ਲਿਆ, ਜਿਨ੍ਹਾਂ ਨੇ ਸਾਡੇ ਇੱਥੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਨੌਜਵਾਨ ਨੂੰ ਸਿੱਖੀ ਨਾਲ ਜੋੜਿਆ, ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜਿਆ, ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕੀਤਾ, ਉਹ ਵੀ ਸਾਡੇ ਨੌਜਵਾਨ ਚੱਕ ਕੇ ਉਹ ਡਿਬਰੂਗੜ੍ਹ ਛੱਡਤੇ ਲਾ ਕੇ NSA ਇਸੇ ਆਖੌਤੀ ਇਨਕਲਾਬੀਆਂ ਦੀ ਸਰਕਾਰ ਨੇ। ਇਹ ਬਰਦਾਸ਼ਤ ਨਹੀਂ ਕਰਦੇ ਜਿਹੜਾ ਬੰਦਾ
ਸਾਡੀ ਪੰਜਾਬ ਦੀ ਜਵਾਨੀ ਨੂੰ ਸੇਧ ਦੇਊਗਾ, ਸਾਡੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੂਗਾ, ਸਾਡੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਵਧੀਆ ਬਣਾਉਣ ਦੀ ਗੱਲ ਕਰੂਗਾ, ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ। ਇਹ ਵਿਚਾਰਾ ਨੌਜਵਾਨ ਕਿਵੇਂ ਦੇਖੋ ਪਿੰਡੋ ਪਿੰਡੀ ਫਿਰਦਾ ਸੀ, ਇਹਨੇ ਕੋਈ ਤਨਖਾਹ ਲੈਣੀ ਸੀ, ਇਹਨੇ ਕੋਈ MLA ਖੜਾ ਹੋਣਾ ਸੀ ਜਾਂ ਇਹਦਾ ਕੋਈ ਹੋਰ ਹਿੱਤ ਸੀ, ਇਹਦੇ ਅੰਦਰ ਦਰਦ ਸੀ ਵੀ ਨਹੀਂ ਯਾਰ ਮੈਂ ਪੀੜਤ ਰਿਹਾ, ਮੇਰੇ ਜੋ ਪਰਿਵਾਰ ਨੇ ਸੰਤਾਪ ਹੰਢਾਇਆ, ਜਿਵੇਂ ਮਾਮਾ ਦੇ ਪੁੱਤ ਮਰ ਰਹੇ ਆ ਉਹ ਸੰਤਾਪ ਹੋਰ ਨਾ ਹੰਢਾਉਣ। ਇਸੇ ਕਰਕੇ ਅੱਜ ਆ ਨੌਜਵਾਨ ਲਗਾਤਾਰ ਤੁਸੀਂ ਦੇਖਦੇ ਰਹੇ ਹੋ, ਕਦੇ ਕਿਤੇ ਰੋਜ਼ ਵਿਚਾਰਾ ਫਿਰਦਾ ਸੀ, ਅੱਜ ਚੱਕ ਕੇ ਸਵੇਰੇ ਤੜਕੇ ਤੜਕੇ ਪੁਲਿਸ ਨੇ ਆ ਕੇ ਪਾ ਕੇ ਤਿੰਨ ਚਾਰ ਥਾਣਿਆਂ ਦੀ ਪੁਲਿਸ ਨੇ ਘੇਰਾ, ਤੇ ਇਹਨੂੰ ਘਰੋਂ ਦੇਖੋ ਕਿਵੇਂ ਧੱਕੇ ਮਾਰ ਰਹੇ, ਇੱਕ ਬਜ਼ੁਰਗ ਉਹਦੇ ਪਿਓ ਨੂੰ ਕਿਵੇਂ ਗਾਲਾਂ ਕੱਢ ਰਿਹਾ ਸੱਚੋ, ਤੇ ਕਿਵੇਂ ਜਲੀਲ ਕਰਕੇ ਚੱਕ ਕੇ ਲੈ ਕੇ ਗਏ ਆ, ਉਹ ਗਾਹਾਂ ਪਤਾ ਨੀ ਕੀ ਕੀਤਾ ਹੋਣਾ। ਹੁਣ ਆ ਭਗਤੋ ਜਿਹੜੇ ਚੀਕਾਂ ਮਾਰਦੇ ਹੁੰਦੇ ਆ ਕਿ ਸਾਡਾ ਮੁੱਖ ਮੰਤਰੀ ਪਹੁੰਚੇ ਚੱਕੀ ਫਿਰਦਾ ਹੈ, ਸਾਡੇ ਮੁੱਖ ਮੰਤਰੀ ਦੇ ਪੈਰ ਲੱਭਣੇ ਦੇਖੋ, ਹੜਾਂ 'ਚ ਉਤਰਿਆ ਫਿਰਦਾ ਸਾਡਾ ਮੁੱਖ ਮੰਤਰੀ, ਕੱਲ੍ਹ ਸਾਡਾ ਮੁੱਖ ਮੰਤਰੀ ਕਦੀਲ ਪਾ ਕੇ ਅੱਖਾਂ 'ਚ ਹੰਝੂ ਲਈ ਫਿਰਦਾ ਸੀਗਾ, ਅੱਖਾਂ ਪੂੰਝੀ ਜਾਂਦਾ ਸੀ, ਇੱਕ ਬੇਬੇ ਨੂੰ ਗਲਵੱਕੜੀ ਪਾਈ ਜਾਂਦਾ ਸੀ, ਇੱਕ ਗਰੀਬ ਦੇ ਘਰੇ ਪਾਣੀ ਦਾ ਗਲਾਸ ਪੀ ਜਾਂਦਾ ਸੀ, ਅੱਜ ਉਹਦੇ ਹੰਝੂ ਕਿੱਥੇ ਨੇ ਜਦੋਂ ਮਾਮਾ ਦੇ ਪੁੱਤ ਐਂ ਮਰਦੇ ਨੇ ਚਿੱਟੇ ਨਾਲ, ਰੋਜ਼ ਲਾਸ਼ਾਂ 12 ਤੋਂ 15 ਜਣਿਆਂ ਦੀ ਐਵਰੇਜ ਆ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਇਕੱਲੇ ਚਿੱਟੇ ਦੇ ਨਾਲ, ਉੱਥੇ ਨੀ ਅਥਰੂ ਵਹਿੰਦੇ, ਉੱਥੇ ਨੀ ਹੰਝੂ ਆਉਂਦੇ ਅੱਖਾਂ ਚੋਂ। ਸੋ ਇਸ ਕਰਕੇ ਅੱਜ ਬਾਈ ਅਪੀਲ ਆ, ਜੇ ਅੱਜ ਨਾ ਅਸੀਂ ਖੜੇ ਤਾਂ ਯਾਦ ਰੱਖੋ ਇੱਕ ਇੱਕ ਕਰਕੇ ਸਾਰੇ ਬੰਦੇ ਇਹਨਾਂ ਨੇ ਜੇਲ੍ਹਾਂ ਚੱਕ ਸਿੱਟ ਦੇਣੇ ਆ ਜਾਂ ਮਰਵਾ ਦੇਣੇ ਆ, ਇੱਥੇ ਕੋਈ ਬੰਦਾ ਸਾਡੇ ਜਵਾਨੀ ਨੂੰ ਬਚਾਉਣ ਲਈ ਕੋਈ ਬੰਦਾ ਆਵਾਜ਼ ਜਿਹੜਾ ਚੱਕਦਾ ਛੱਡਣਾ ਨਹੀਂ ਇਹਨਾਂ ਨੇ। ਸੋ ਆਓ ਭਰਾਵੋ, ਅਪੀਲ ਆ ਸਾਰਿਆਂ ਨੂੰ ਕਿ 10 ਵਜੇ ਬਾਲ ਭਵਨ ਮਾਨਸਾ ਕਚਹਿਰੀਆਂ ਦੇ ਵਿੱਚ ਇਕੱਠ ਰੱਖਿਆ ਗਿਆ, 11 ਵਜੇ ਪਹੁੰਚਣ ਦਾ ਟਾਈਮ ਹੈ, ਸੋ ਪਹੁੰਚ ਜਾਓ। ਅਪੀਲ ਆ, ਬਾਕੀ ਮੈਂ ਫਿਰ ਕਹਿਣਾ ਜਿਹੜੇ ਭਗਤ ਚੀਕਾਂ ਮਾਰਦੇ ਹੁੰਦੇ ਆ ਕਿ ਬਿਨਾਂ ਗੱਲ ਤੋਂ ਸਾਡੇ ਮੁੱਖ ਮੰਤਰੀ ਨੂੰ ਤੁਸੀਂ ਨਿੰਦਦੇ ਹੋ, ਮਸਾਂ ਚੰਗਾ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ, ਆਹ ਚੰਗਿਆਈ ਆ, ਆਹ ਕੁਛ ਕਰ ਰਿਹਾ ਤੁਹਾਡਾ ਮੁੱਖ ਮੰਤਰੀ, ਖੁਦ ਚਿੱਟਾ ਰੋਕਣ ਦੀ ਬਜਾਏ ਕੋਈ ਬੰਦਾ ਕਹਿੰਦੇ ਹਿੱਕ ਠੋਕ ਕੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚੋਂ ਵੀ ਚਿੱਟਾ ਘੱਟ ਗਿਆ ਜਾਂ ਚਿੱਟਿਆਂ ਨੂੰ ਨੱਥ ਪਈ ਜਾਂ ਮਾੜੀ ਮੋਟੀ ਵੀ ਕਿਤੇ ਕਾਰਵਾਈ ਹੋਈ ਹੈ ਚਿੱਟਿਆਂ ਦੇ, ਤਾਂ ਦੱਸ ਦਿਓ। ਫਿਰ ਜੋ ਲੋਕ ਉੱਠ ਕੇ ਖੜੇ ਹੁੰਦੇ ਆ ਤਾਂ ਫਿਰ ਇਹ ਉਹਨਾਂ ਲੋਕਾਂ ਨੂੰ ਦੱਬਣ ਲਈ, ਆਵਾਜ਼ ਨੂੰ ਦੱਬਣ ਲਈ ਕੀ ਕੁਛ ਕਰਦੇ ਆ। ਸੋ ਆਓ ਯਾਰ, ਸਾਡਾ ਫਰਜ਼ ਬਣਦਾ ਜੇ ਚਾਹੁੰਦੇ ਆ ਸਾਡੇ, ਦੇਖੋ ਜੇ ਸਾਨੂੰ ਐਂ ਲੱਗਦਾ ਵੀ ਅਸੀਂ ਕਿਉਂ ਪੰਗੇ 'ਚ ਪੈਣਾ, ਸਾਨੂੰ ਕੀ ਲੋੜ ਹੈ, ਪਤਾ ਨਹੀਂ ਹੈਗਾ ਕੱਲ੍ਹ ਨੂੰ ਤੁਹਾਡਾ ਜਵਾਕ ਇਸ ਲਪੇਟੇ 'ਚ ਆ ਜੇ, ਫਿਰ ਜਵਾਕ ਵੀ ਮਰਵਾ ਲਓਗੇ ਤੇ ਪਛਤਾਓਗੇ, ਮੁੜ ਕੇ ਸੱਥਰ ਤੇ ਬਹਿ ਕੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਆਓ ਯਾਰ, ਉੱਠ ਕੇ ਆਪਾਂ ਆਪਣੀਆਂ ਜਵਾਨੀਆਂ ਆਪਣੀਆਂ ਨਸਲਾਂ ਨੂੰ ਬਚਾ ਲਈਏ ਮੇਰਾ ਵੀਰ। ਸੋ ਆਓ ਅੱਜ ਡਟ ਕੇ ਪੂਰੇ ਪੰਜਾਬ ਨੂੰ, ਵੈਸੇ ਹੜਾਂ ਦੀ ਮਾਰ ਕਰਕੇ ਵੀ ਪੰਜਾਬ ਉਲਝਿਆ ਹੋਇਆ, ਚਾਰ ਚੁਫੇਰੇ ਬੰਨ ਟੁੱਟ ਰਹੇ ਨੇ, ਪਾਣੀ ਲੋਕਾਂ ਨੂੰ ਮਾਰ ਰਿਹਾ, ਲੋਕ ਉੱਧਰ ਵੀ ਉਲਝੇ ਹੋਏ ਆ, ਪਰ ਫਿਰ ਵੀ ਉਹਦੇ ਬਾਵਜੂਦ ਆਪਣਾ ਫਰਜ਼ ਸਮਝਦੇ ਹੋਏ ਮਾਨਸਾ ਬਾਲ ਭਵਨ ਕਚਹਿਰੀਆਂ ਦੇ ਵਿੱਚ ਪਹੁੰਚੋ।